ਕੋਈ ਕਿਸੇ ਦੇ ਪਰੌਣਾ ਚਲੇ ਗਿਆ ਨਾ ਇਹ ਜਿਹੜੇ ਹਿੰਦੂ ਹੁੰਦੇ ਸੀ ਨਾ ਉਹ ਮੇਜ਼ਬਾਨ ਹੀ ਰੋਟੀ ਦਿੰਦੇ ਹੁੰਦੇ ਸੀਗੇ ਮਣਕੇ ਉਹਨਾਂ ਕਾ ਪੁੱਤ ਹੋਰ ਰੋਟੀ ਕਹਿੰਦਾ ਹਾਂ ਮਾਂ ਖੰਨਾ ਦੇ ਦੇ ਖੰਨਾ ਖਾ ਲਿਆ ਕਹਿੰਦਾ ਪੁੱਤ ਹੋਰ ਰੋਟੀ ਉਹਨਾਂ ਕਾ ਹਾਂ ਮਾਂ ਜੀ ਇੱਕ ਰੋਟੀ ਦੇ ਦਿਓ ਰੋਟੀ ਦੇਤੀ ਉਹ ਫਿਰ ਕਹਿੰਦੀ ਹਾਂ ਬਈ ਪੁੱਤ ਕਹਿੰਦਾ ਮਾਂ ਜੀ ਚੱਪਾ ਕ ਹੋਰ ਦੇ ਦਿਓ ਕਹਿੰਦੀ ਪੁੱਤ ਕੰਮ ਕੀ ਕਰਦਾ ਕਹਿੰਦਾ ਅਮਾ ਜੀ ਮੈਂ ਪਟਵਾਰੀ ਹੁੰਨਾ ਕਹਿੰਦੀ ਨਾ ਹੋਣੇ ਢਿੱਡ ਤਾਂ ਤੇਰਨੂੰ ਮਿਲਣਾ ਨਹੀਂ ਆਂਦਾ ਤੇ ਜ਼ਮੀਨ ਕਿੱਦਾਂ ਮਿਲਦਾ ਹੋਊਗਾ ਆ ਸਾਡੇ ਨਾ ਜੀ ਅੱਜ ਜਦੋਂ ਦੀ ਡੰਗ ਟਪਾਉ ਸਰਕਾਰ ਆਈ ਆ ਨਹਿਰਾਂ ਦੇ ਉੱਤੇ ਵੀ ਕੋਈ ਉਦਾਂ ਦਾ ਹੀ ਪਟਵਾਰੀ ਬੈਠਾ ਆ ਕਦੀ ਪਾਣੀ ਬੰਦ ਕਰ ਦਿੰਦੇ ਕਦੀ ਚਲਾਉਂਦੇ ਆ ਰਾਤ ਨੂੰ ਨਹਿਰ ਚੱਲਦੀ ਹੁੰਦੀ ਸਵੇਰ ਨੂੰ ਬੰਦ ਹੁੰਦੀ ਸਵੇਰ ਨੂੰ ਚੱਲਦੀ ਹੁੰਦੀ ਰਾਤ ਨੂੰ ਬੰਦ ਹੁੰਦੀ ਆ ਅੱਲਾ ਦੇ ਉਹ ਬੰਦੇਓ ਚਟਾਲੇ ਬੀਜਣੇ ਅਸੀਂ ਜਿਹੜਾ ਸਾਰਾ 6 ਮਹੀਨੇ ਡੰਗਰਾਂ ਨੇ ਪੱਠੇ ਖਾਣੇ ਕਣਕਾਂ ਦੀਆਂ ਰੌਣੀਆਂ ਕਰਨੀਆਂ ਆਗਾ ਮੀਂਹ ਦੱਸਿਓਏ ਆ ਬਿਜਲੀ ਵਾਲੇ ਜਿਹੜੇ ਉਹ ਬਿਜਲੀ ਨਹੀਂ ਛੱਡਦੇ ਤੁਸੀਂ ਨਹਿਰ ਨਹੀਂ ਛੱਡਦੇ ਉਹ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਪਰ ਹੱਸਦੇ ਰਹੋ ਤੋ ਵਸਦੇ ਰਹੋ ਸ਼ਾਦ ਰੋ ਤੇ ਆਬਾਦ ਰੋ ਅੱਲਾਹ ਤਾਲਾ ਸਭ ਨੂੰ ਆਸਾਨੀਆਂ عطا ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ ਤਾ ਫਰਮਾਏ ਪਾਕਿਸਤਾਨ ਜ਼ਿੰਦਾਬਾਦ